ਆ ਦੇਖੋ ਦੋਸਤੋ, ਇਹਦਾ ਬੈਕ ਫਰੰਟ ਹੈ। ਵਨ ਸ਼ੋਲਡਰ ਡਰੈਸ ਬਣਨੀ ਹੈ ਜੀ। ਆ ਦੇਖੋ, ਆ ਇਹਦਾ ਵਨ ਸ਼ੋਲਡਰ ਹੈ ਔਰ ਆ ਇਹਦੀ ਬੈਕ ਸਾਈਡ ਹੈ। ਔਰ ਇਹਨੂੰ ਆਹ ਜਿਹੜੀ ਕਟਿੰਗ ਹੈ, ਇੱਥੇ ਆਪਾਂ ਜ਼ਿਪ ਲਗਾਵਾਂਗੇ ਬੈਕ ਸਾਈਡ 'ਤੇ, ਔਰ ਨੀਚੇ ਵਾਲੀ ਫਰੰਟ ਸਾਈਡ ਹੈ। ਹੁਣ ਇਹਦਾ ਇੱਕ ਸ਼ੋਲਡਰ ਹੁੰਦਾ ਆ, ਇਹਦੇ ਦੇ ਉੱਪਰ ਆਪਾਂ ਹੁਣ ਸੀਨ ਲਗਾਵਾਂਗੇ। ਔਰ ਇਹਦੇ ਉੱਪਰ ਹੁਣ ਆਪਾਂ ਪਹਿਲਾਂ ਜ਼ਿਪ ਲਗਾਵਾਂਗੇ। ਹਾਂਜੀ ਦੋਸਤੋ, ਆਹ ਦੇਖੋ, ਹੁਣ ਮੈਂ ਤੀਰੇ ਦੀ ਸਿਲਾਈ ਲਗਾ ਚੁੱਕੀ ਹਾਂ। ਔਰ ਨੀਚੇ ਵਾਲਾ ਪੱਲਾ ਆਪਣਾ ਫਰੰਟ ਸਾਈਡ ਦਾ ਆ, ਔਰ ਇਹਨੂੰ ਮੈਂ ਸੈਂਟਰ 'ਚੋਂ ਕੱਟ ਚੁੱਕੀ ਹਾਂ। ਇਹ ਹੈਗਾ ਆਪਣਾ ਬੈਕ ਸਾਈਡ ਦਾ, ਠੀਕ ਹੈ। ਹੁਣ ਇਹਦੇ ਉੱਪਰ ਤੁਹਾਨੂੰ ਮੈਂ ਦੱਸਾਂਗੀ ਕਿ ਇਹਦੇ ਉੱਤੇ ਆਪਾਂ ਜ਼ਿਪ ਕਿਸ ਤਰ੍ਹਾਂ ਲਗਾਉਣੀ ਹੈ। ਆ ਦੇਖੋ ਦੋਸਤੋ, ਉਹਨੂੰ ਆਪਾਂ ਸਿੱਧੀ ਸਾਈਡ ਕਰ ਲਾਂਗੇ, ਜਿਹੜੀ ਆਪਣੀ ਬੈਕ ਸਾਈਡ ਉਹਨੂੰ ਸਿੱਧੀ ਸਾਈਡ ਕਰਕੇ, ਫਿਰ ਉਸ ਤੋਂ ਬਾਅਦ ਆਪਾਂ ਜ਼ਿਪ ਲਗਾਉਣੀ ਸ਼ੁਰੂ ਕਰਾਂਗੇ। ਪਹਿਲਾਂ ਆਪਾਂ ਦੇਖ ਲੈਣਾ ਕਿ ਆਪਾਂ ਨੂੰ ਜ਼ਿਪ ਕਿੰਨੀ ਚਾਹੀਦੀ ਹੈ। ਆ ਦੇਖੋ, ਆਪਾਂ ਨੂੰ ਇੰਨੀ ਫਾਲਤੂ ਜ਼ਿਪ ਹੈ ਆਪਣੀ, ਇਹਨੂੰ ਆਪਾਂ ਉੱਥੋਂ ਕਟਿੰਗ ਕਰ ਦਾਂਗੇ ਲਗਾਉਣ ਤੋਂ ਬਾਅਦ। ਪਰ ਜ਼ਿਪ ਨੂੰ ਉਲਟੀ ਕਰਕੇ ਰੱਖਣਾ, ਨੀਚੇ ਤੋਂ। ਆ ਦੇਖੋ, ਇੱਥੇ ਗਮ ਲੱਗੀ ਹੁੰਦੀ ਹੈ, ਕਈ ਵਾਰ ਇਹਦੇ ਉੱਪਰ ਸੂਈ ਅੜ ਜਾਂਦੀ ਹੈ। ਇਹ ਆਪਾਂ ਇੱਥੋਂ ਨੀਚੇ ਕੱਢ ਦੇਣਾ ਇਹਨੂੰ ਇਸ ਤਰ੍ਹਾਂ ਕਰਕੇ, ਨਹੀਂ ਠੀਕ ਹੈ। ਔਰ ਇੱਥੋਂ ਸਟਾਰਟ ਕਰਾਂਗੇ, ਜ਼ਿਪ ਨੂੰ ਉਲਟੀ ਰੱਖਣਾ, ਉਲਟੀ ਸਾਈਡ ਦੀ, ਓਕੇ। ਆਪਾਂ ਮਸ਼ੀਨ ਦਾ ਇੱਕ ਪੈਰ, ਆ ਦੇਖੋ ਨਜ਼ਦੀਕ ਤੋਂ ਦੇਖੋ, ਇੱਕ ਪੈਰ ਆਪਾਂ ਮਸ਼ੀਨ ਦਾ ਜ਼ਿਪ ਦੇ ਉੱਪਰ ਰੱਖਣਾ, ਔਰ ਇੱਕ ਨੀਚੇ। ਸਿਰਫ ਇਹ ਧਿਆਨ ਰੱਖਣਾ ਕਿ ਸਿਲਾਈ ਜਿਹੜੀ ਆ ਜ਼ਿਪ ਦੇ ਉੱਪਰ ਨਾ ਚੜ ਜਾਏ ਬਸ। ਇਹ ਮੈਂ ਵੈਸੇ ਤੁਹਾਨੂੰ ਹਜੇ ਕੱਚੀ ਸੀਨ ਲਗਾ ਕੇ ਦਿਖਾ ਰਹੀ ਹਾਂ, ਇਹ ਫਾਈਨਲ ਸਿਲਾਈ ਨਹੀਂ ਹੈ। ਆ ਦੇਖੋ ਦੋਸਤੋ, ਸਿਲਾਈ ਇਹ ਲੱਗ ਚੁੱਕੀ ਹੈ। ਹੁਣ ਮੈਂ ਦੂਸਰੀ ਸਾਈਡ ਦੀ ਸਿਲਾਈ ਲਗਾਵਾਂਗੇ। ਇੱਥੋਂ ਬਰਾਬਰ ਕਰਕੇ ਚੱਲਣਾ ਇਹਨੂੰ। ਆ ਦੇਖੋ, ਕੱਪੜੇ ਨੂੰ ਬਿਲਕੁਲ ਬਰਾਬਰ ਕਰਕੇ। ਖਾਸ ਕਰਕੇ ਧਿਆਨ ਦੇਣਾ ਵੀ ਤੂੰ ਕੱਪੜਾ ਬਿਲਕੁਲ ਬਰਾਬਰ ਹੋਵੇ। ਫਿਰ ਉਸੇ ਤਰ੍ਹਾਂ ਹੀ ਇੱਕ ਪੈਰ ਆਪਾਂ, ਇੱਕ ਸਾਈਡ ਦਾ ਪੈਰ ਜਿਹੜਾ ਆ ਉਹ ਆਪਾਂ ਜ਼ਿਪ ਦੇ ਉੱਪਰ ਰੱਖਣਾ ਹੈ, ਔਰ ਦੂਸਰਾ ਨੀਚੇ। ਠੀਕ ਉਸੇ ਤਰ੍ਹਾਂ ਹੀ ਆਪਾਂ ਸਿਲਾਈ ਲਗਾ ਦੇਣੀ ਹੈ। ਸਿਲਾਈ ਕੰਪਲੀਟ ਹੋ ਚੁੱਕੀ ਹੈ। ਆ ਦੇਖੋ ਦੋਸਤੋ, ਇਹਨੂੰ ਖੋਲ ਲੈਣਾ ਜਿਪ ਨੂੰ। ਆ ਦੇਖੋ, ਹੁਣ ਇਸ ਤਰ੍ਹਾਂ ਜਿਪ ਦਿਖਦੀ ਹੈ ਨਾ।
ਆਪਾਂ ਇਹ ਦਿਖਦੀ ਨੀ ਰੱਖਣੀ, ਵੈਸੇ ਦਿਖਦੀ ਵੀ ਸੋਹਣੀ ਲੱਗਦੀ ਆ ਪਰ ਲੇਕਿਨ ਮੈਂ ਚਾਹੂੰਗੀ ਕਿ ਮੈਂ ਦਿਖਦੀ ਨਹੀਂ ਸ਼ੋਅ ਕਰਨੀ, ਇਸ ਲਈ ਇਹਨੂੰ ਮੈਂ ਅੰਡਰਗਰਾਊਂਡ ਕਰਨ ਦੀ ਕੋਸ਼ਿਸ਼ ਕਰਾਂਗੀ। ਆਹ ਦੇਖੋ ਇਹਨੂੰ ਖੋਲ ਲੈਣਾ, ਖੋਲ ਕੇ ਇਸ ਤਰ੍ਹਾਂ ਕਰ ਲੈਣਾ, ਇਹਨੂੰ ਅਲੱਗ ਅਲੱਗ ਪੀਸ ਹੋ ਗਿਆ। ਅਲੱਗ ਅਲੱਗ ਪੀਸ ਤੋਂ ਬਾਅਦ ਆਪਾਂ ਹੁਣ ਕੀ ਕਰਨਾ, ਇੱਥੋਂ ਦੋਸਤੋ ਬਿਲਕੁਲ ਧਿਆਨ ਨਾਲ ਦੇਖਿਓ ਕਿਉਂਕਿ ਮੇਨ ਸਿਲਾਈ ਇਹੀ ਹੁੰਦੀ ਹੈ ਜੇ ਜੋ ਕਿ ਜੇ ਆਪਾਂ ਲਗਾਉਂਦੇ ਹਾਂ। ਆਪਾਂ ਸਿੰਗਲ ਸਿਲਾਈ ਵਿੱਚ ਵੀ ਜ਼ਿਪ ਨੂੰ ਲਗਾ ਸਕਦੇ ਹਾਂ ਬਟ ਮੈਂ ਇਸ ਲਈ ਤੁਹਾਨੂੰ ਕੱਚਾ ਕਰਕੇ ਪਹਿਲਾਂ ਦਿਖਾਇਆ ਕਿਉਂਕਿ ਸਾਰੇ ਸਿੰਗਲ ਸਿਲਾਈ ਵਿੱਚ ਨਹੀਂ ਲਗਾ ਸਕਦੇ, ਹੌਲੀ ਹੌਲੀ ਜਦੋਂ ਪ੍ਰੈਕਟਿਸ ਹੋ ਜਾਂਦੀ ਹੈ ਫਿਰ ਉਸ ਤੋਂ ਬਾਅਦ ਸਿੰਗਲ ਸਿਲਾਈ ਵਿੱਚ ਲੱਗ ਜਾਂਦੀ ਹੈ। ਆਹ ਦੇਖੋ ਇਹਨੂੰ ਆਪਾਂ ਇਸ ਤਰ੍ਹਾਂ ਕਰਕੇ ਖੋਲ੍ਹਣਾ ਜਿਪ ਨੂੰ, ਇਹ ਇਸ ਤਰ੍ਹਾਂ ਕਰਕੇ ਨਾ ਥੋੜ੍ਹਾ ਇਹਦਾ ਰੋਲ ਬਣਿਆ ਹੁੰਦਾ ਹੈ, ਇਹਨੂੰ ਆਪਾਂ ਇਸ ਤਰ੍ਹਾਂ ਕਰਕੇ ਖੋਲ੍ਹਣਾ ਹੁੰਦਾ ਜਿਪ ਨੂੰ। ਆਹ ਦੇਖੋ ਠੀਕ ਹੈ, ਇਹਨੂੰ ਖੋਲ੍ਹ ਕੇ ਫਿਰ ਉਸ ਤੋਂ ਬਾਅਦ ਆਪਾਂ ਚੱਲਣਾ, ਪੂਰਾ ਟਾਈਟ ਕਰਕੇ ਫੜਨਾ, ਇਹਨੂੰ ਲੂਜ਼ ਨਹੀਂ ਛੱਡਣਾ ਇਹਨੂੰ। ਦੂਸਰੀ ਸਾਈਡ ਵੀ ਆਪਾਂ ਇਸੇ ਤਰ੍ਹਾਂ ਲਗਾਉਣੀ ਹੈ ਸਿਲਾਈ, ਦੂਸਰੀ ਸਾਈਡ ਇੱਧਰੋਂ ਆਪਾਂ ਨੀਚੇ ਤੋਂ ਲਗਾਈ ਸੀ, ਦੂਸਰੀ ਸਾਈਡ ਹੁਣ ਉੱਪਰ ਵਾਲੀ ਸਾਈਡ ਤੋਂ ਸਿਲਾਈ ਲੱਗੇਗੀ, ਬਾਕੀ ਤੁਹਾਡਾ ਜਿੱਧਰ ਨੂੰ ਹੱਥ ਸਿੱਧਾ ਹੈ ਉਹਦੇ ਅਕੋਰਡਿੰਗ ਲੱਗੇਗੀ, ਜਿੱਧਰਲੀ ਸਾਈਡ ਤੁਹਾਨੂੰ ਲੱਗਦਾ ਕਿ ਈਜ਼ੀ ਸਿਲਾਈ ਲੱਗ ਜਾਏਗੀ ਉਸ ਹਿਸਾਬ ਨਾਲ ਤੁਸੀਂ ਲਗਾ ਸਕਦੇ ਹੋ। ਇਸੇ ਤਰ੍ਹਾਂ ਇਹਨੂੰ ਖੋਲ੍ਹਣਾ ਇੱਥੋਂ ਜ਼ਿਪ ਨੂੰ, ਖੋਲ੍ਹ ਕੇ ਫਿਰ ਚੱਲਣਾ ਤੁਸੀਂ। ਮੇਰੀ ਸਿਲਾਈ ਕੰਪਲੀਟ ਹੋ ਚੁੱਕੀ ਹੈ। ਆਹ ਦੇਖੋ ਦੋਸਤੋ ਜ਼ਿਪ ਲੱਗ ਚੁੱਕੀ ਹੈ, ਜ਼ਿਪ ਲੱਗੇ ਦਾ ਬਿਲਕੁਲ ਵੀ ਪਤਾ ਨਹੀਂ ਚੱਲਦਾ ਹੁੰਦਾ ਇਹਦਾ ਵੀ ਆਪਾਂ ਜ਼ਿਪ ਲਗਾਈ ਵੀ ਜਾਂ ਨਹੀਂ। ਆਹ ਦੇਖਿਓ ਬੜੀ ਹੀ ਪਿਆਰੀ ਜ਼ਿਪ ਲੱਗਦੀ ਹੈ, ਸਿਰਫ ਇਹਦਾ ਲੋਕ ਹੀ ਨਜ਼ਰ ਆਉਂਦਾ ਆ। ਆਹ ਦੇਖੋ ਬਾਕੀ ਜ਼ਿਪ ਦੇਖੋ ਐਸਾ ਲੱਗਦਾ ਕਿ ਸੀਨ ਲੱਗੀ ਹੋਈ ਆ, ਜ਼ਿਪ ਦਾ ਤਾਂ ਬਿਲਕੁਲ ਵੀ ਪਤਾ ਨਹੀਂ ਲੱਗਦਾ। ਮੈਨੂੰ ਜ਼ਿਪ ਬਹੁਤ ਪਸੰਦ ਹੈ, ਮੈਂ ਹਮੇਸ਼ਾ ਇਸੇ ਤਰ੍ਹਾਂ ਹੀ ਜ਼ਿਪ ਲਗਾਉਣੀ ਹੈ, ਚਾਹੇ ਉਹ ਸਾਈਡ 'ਤੇ ਲਗਾਉਣੀ ਹੋਵੇ, ਚਾਹੇ ਬੈਕ 'ਤੇ ਲਗਾਉਣੀ ਹੋਵੇ, ਚਾਹੇ ਫਰੰਟ 'ਤੇ ਲਗਾਉਣੀ ਹੋਵੇ, ਮੈਂ ਇਸੇ ਤਰ੍ਹਾਂ ਹੀ ਜ਼ਿਪ ਲਗਾਉਂਦੀ ਹਾਂ। ਔਰ ਹੁਣ ਮੈਂ ਤੁਹਾਨੂੰ ਦੱਸਾਂਗੀ ਅਤੇ ਆਪਾਂ ਇੱਥੇ ਵੀ ਡਾਟਸ ਕਿੱਦਾਂ ਪਾਉਣੀਆਂ ਨੇ ਜਿਹੜੀਆਂ ਕਿ ਆਪਾਂ ਪਲੇਟਾਂ ਪਾਉਂਦੇ ਹੁੰਦੇ ਹਾਂ ਬੈਕ ਫਰੰਟ 'ਤੇ, ਹੁਣ ਮੈਂ ਤੁਹਾਨੂੰ ਉਹ ਦੱਸਾਂਗੀ ਕਿ ਕਿਸ ਤਰ੍ਹਾਂ ਪਾਉਣੀਆਂ ਨੇ। ਹਾਂਜੀ ਆਹ ਦੇਖੋ ਤੁਹਾਨੂੰ ਮੈਂ ਹੁਣ ਡਾਟਸ ਪਾਉਣੀਆਂ ਦੱਸਾਂਗੀ ਪਲੇਟਸ। ਹਾਂਜੀ ਦੋਸਤੋ ਇੱਕ ਮੈਂ ਹੋਰ ਤੁਹਾਨੂੰ ਮੇਰੀ ਗੱਲ ਨੋਟ ਕਰ ਲਿਓ, ਅਗਰ ਤੁਹਾਨੂੰ ਤੁਸੀਂ ਇਹਦੀ ਕਟਿੰਗ ਦੇਖਣੀ ਹੋਈ ਤਾਂ ਪਲੀਜ਼ ਮੈਨੂੰ ਕਮੈਂਟ ਕਰਕੇ ਦੱਸ ਦਿਓ, ਮੈਂ ਕਟਿੰਗ ਦੀ ਵੀ ਵੀਡੀਓ ਬਣਾ ਕੇ ਤੁਹਾਨੂੰ ਦੱਸ ਦਾਂਗੇ, ਫਿਰ ਤੁਸੀਂ ਦੇਖ ਸਕਦੇ ਹੋ।
ਫਰੰਟ ਦੀਆਂ ਪਾਤੀਆਂ, ਹੁਣ ਮੈਂ ਬੈਕ ਸਾਈਡ ਦੀਆਂ ਪਾਵਾਂਗੀ। ਡਾਂਸ ਪੈ ਗਈਆਂ ਬੈਕ ਸਾਈਡ ਦੀਆਂ ਔਰ ਫਰੰਟ ਸਾਈਡ ਦੀਆਂ, ਠੀਕ ਹੈ। ਫਿਟਿੰਗ ਕਰਾਂਗੇ, ਫਿਟਿੰਗ ਕਰਨ ਤੋਂ ਪਹਿਲਾਂ ਆਪਾਂ ਇਹਦਾ ਸੈਂਟਰ ਕੱਢਾਂਗੇ, ਜਿਸ ਤਰ੍ਹਾਂ ਕਿ 19 ਆ ਗਿਆ, 19 ਦਾ ਹਾਫ 9.5। ਔਰ ਹੁਣ ਆਪਾਂ ਇਹਦੀ ਬ੍ਰੈਸਟ ਰੱਖਾਂਗੇ, ਜਿਸ ਤਰ੍ਹਾਂ ਕਿ ਇਹਦੀ ਬ੍ਰੈਸਟ ਹੈਗੀ ਆ 17, 17 ਇੰਚ ਇਹਦੀ ਬ੍ਰੈਸਟ ਆ ਗਈ। ਕਮਰ ਆ ਗਈ ਇਹਦੀ, ਪਹਿਲਾਂ ਇਹਦਾ ਵੀ ਆਪਾਂ ਸੈਂਟਰ ਲਵਾਂਗੇ। ਔਰ ਇਹਦੀ ਕਮਰ ਹੈਗੀ ਆ 14 ਇੰਚ, 14.5, 7 ਇੰਚ। ਔਰ ਇਹਨੂੰ ਆਪਾਂ ਮਿਲਾ ਦਾਂਗੇ, ਫਿਟਿੰਗ ਕਰ ਦਾਂਗੇ। ਫਿਟਿੰਗ ਕਰਦੇ ਹਾਂ, ਇਸ ਤੋਂ ਬਾਅਦ ਆਪਾਂ ਇਹਨੂੰ ਸਿੱਧਾ ਕਰ ਲੈਣਾ। ਸਿੱਧਾ ਕਰਕੇ ਆਪਾਂ ਜਿੰਨੀ ਆਪਾਂ ਨੂੰ ਜ਼ਿਪ ਚਾਹੀਦੀ ਹੈ ਉਨੀ ਰੱਖ ਕੇ ਆਪਾਂ ਧਿਆਨ ਨਾਲ ਦੇਖੋ ਇਹਦੇ ਉੱਤੇ ਆਪਾਂ ਸਿਲਾਈ ਲਗਾ ਦਾਂਗੇ।
ਇਹਦਾ ਲੌਕ ਹੈ ਬਾਹਰ ਨਾ ਨਿਕਲ ਸਕੇ ਇਹਨੂੰ ਆਪਾਂ ਇੱਥੇ ਕੱਢ ਲਾਂਗੇ ਇਸੇ ਤਰੀਕੇ ਨਾਲ ਇੱਧਰਲੀ ਸਾਈਡ ਤੋਂ ਇਹ ਦੇਖਣਾ ਵੀ ਕਈ ਵਾਰ ਕੱਪੜਾ ਇਸ ਤਰ੍ਹਾਂ ਕਰਕੇ ਨਾ ਜ਼ਿਪ ਨੂੰ ਤੁਸੀਂ ਕੱਟ ਦਿਓ ਕੱਪੜੇ ਨੂੰ ਇੱਦਾਂ ਪ੍ਰੋਪਰ ਜ਼ਿਪ ਨੂੰ ਬਾਹਰ ਕੱਢ ਕੇ ਕਿੱਥੇ ਤੱਕ ਕੱਪੜਾ ਇਸ ਤਰ੍ਹਾਂ ਆ ਰਿਹਾ ਫਿਰ ਇਹਨੂੰ ਸਿਲਾਈ ਲਗਾਉਣੀ ਆ ਤੁਸੀਂ ਇਹ ਗਲਤੀ ਨਾ ਕਰ ਦਿਓ ਕਿ ਹੁਣ ਮੈਂ ਤੁਹਾਨੂੰ ਦੱਸਾਂਗੀ ਕਿ ਮੈਂ ਇਹਦੀ ਫ੍ਰਿਲ ਕਿਸ ਤਰ੍ਹਾਂ ਲਗਾ ਰਹੀ ਹਾਂ ਠੀਕ ਹੈ ਆਹ ਦੇਖੋ ਦੋਸਤੋ ਇਹਨੂੰ ਮੈਂ ਆਲ ਰਾਊਂਡ ਵਿੱਚ ਕੱਟ ਚੁੱਕੀ ਹਾਂ ਦੇਖੋ ਇੱਧਰੋਂ ਵਿਚਕਾਰੋਂ ਵੀ ਕੱਟ ਚੁੱਕੀ ਹਾਂ ਔਰ ਇਹਨੂੰ ਸਾਈਡ ਤੋਂ ਵੀ ਮੈਂ ਕੱਟ ਚੁੱਕੀ ਹਾਂ ਆਹ ਦੇਖੋ ਔਰ ਇਹਨੂੰ ਮੈਂ ਸਿੱਧਾ ਕਰਕੇ ਇਸ ਤਰ੍ਹਾਂ ਕੱਪੜੇ ਨੂੰ ਆਹ ਦੇਖੋ ਸਿੱਧਾ ਕਰਕੇ ਹੁਣ ਇਹਨੂੰ ਮੈਂ ਦੂਸਰੇ ਪੀਸ ਨੂੰ ਇੱਥੇ ਨਾਲ ਜੋੜਾਂਗੇ ਆਹ ਦੇਖੋ ਇੱਥੇ ਸੀਨ ਲਗਾ ਦਾਂਗੀ ਹੁਣ ਮੈਂ ਇਹ ਮੈਂ 6 ਫਰਿੱਲਾਂ ਕੱਟੀਆਂ ਨੇ ਰਾਊਂਡ ਦੇ ਵਿੱਚ ਔਰ ਮੈਂ 3-3 ਕਰਕੇ ਇਹਨਾਂ ਨੂੰ ਅਟੈਚ ਕਰਕੇ ਦੇਖੋ ਇਹ ਫ੍ਰਿੱਲ ਇਸ ਤਰ੍ਹਾਂ ਕਰਕੇ ਬਣ ਜਾਏਗੀ ਬਹੁਤ ਹੀ ਪਿਆਰੀ ਫ੍ਰਿੱਲ ਬਣਦੀ ਹੈ ਇਹ ਔਰ ਹੁਣ ਮੈਂ ਇਹਦੀਆਂ ਜਿਹੜੀਆਂ ਇਹ ਸਿਲਾਈਆਂ ਨੇ ਇਹਨਾਂ ਨੂੰ ਅੰਡਰਗਰਾਊਂਡ ਕਰਨ ਵਾਸਤੇ ਵੈਸੇ ਤਾਂ ਆਪਾਂ ਇਹਨੂੰ ਸਿੰਗਲ ਵੀ ਲਗਾ ਸਕਦੇ ਹਾਂ ਪਰ ਇਹਨਾਂ ਨੂੰ ਆਪਾਂ ਕਿਉਂਕਿ ਇਹ ਫ੍ਰਿੱਲ ਜਿਹੜੀ ਆ ਬੈਕ ਫਰੰਟ ਦੋਨਾਂ ਸਾਈਡਾਂ ਤੋਂ ਨਜ਼ਰ ਆਉਂਦੀ ਹੁੰਦੀ ਆ ਔਰ ਜੇ ਨਜ਼ਰ ਆਵੇ ਆਹ ਚੀਜ਼ ਅਗਰ ਅੰਦਰੋਂ ਉੱਠ ਵੀ ਜਾਵੇ ਆਹ ਚੀਜ਼ ਉਲਟੀ ਸਾਈਡ ਦਿਖੇ ਤਾਂ ਮਤਲਬ ਨਹੀਂ ਸਹੀ ਲੱਗਦਾ ਇਸ ਕਰਕੇ ਮੈਂ ਇਹਨੂੰ ਅੰਡਰਗਰਾਊਂਡ ਕਰ ਦੂੰਗੀ ਦੂਸਰੀਆਂ ਵੀ ਤਿੰਨੋਂ ਫ੍ਰਿੱਲਾਂ ਜੋੜ ਕੇ ਮੈਂ ਇਹਨਾਂ ਨੂੰ ਸਿੱਧੇ ਕਰ ਦਾਂਗੀ ਹੁਣ ਆਹ ਦੇਖਿਓ ਦੂਸਰੀਆਂ ਵੀ ਮੈਂ ਇਸੇ ਤਰ੍ਹਾਂ ਹੀ ਤਿੰਨੇ ਜੋੜ ਲੈਣੀਆਂ ਆ ਉਸ ਤੋਂ ਬਾਅਦ ਮੈਂ ਤੁਹਾਨੂੰ ਦੱਸਾਂ ਆਹ ਦੇਖੋ ਦੋਸਤੋ ਇਹਨੂੰ ਇਸ ਤਰ੍ਹਾਂ ਕਰਕੇ ਆਪਾਂ ਪ੍ਰੈੱਸ ਕਰ ਲਾਂਗੇ ਇਸ ਚੀਜ਼ ਨੂੰ ਆਪਾਂ ਖੋਲ੍ਹ ਦੇਣਾ ਆਹ ਸਿਲਾਈ ਨੂੰ ਹਮੇਸ਼ਾ ਖੋਲ੍ਹ ਕੇ ਹੀ ਪ੍ਰੈੱਸ ਕਰੀਦਾ ਹੁੰਦਾ ਆ ਦੇਖੋ ਇਸ ਤਰ੍ਹਾਂ ਸਾਰੀਆਂ ਕਲੀਆਂ ਆਪਾਂ ਇਸੇ ਤਰ੍ਹਾਂ ਹੀ ਆਪਾਂ ਪ੍ਰੈੱਸ ਕਰ ਲੈਣੀਆਂ ਮੈਂ ਜਿਹੜੀਆਂ ਬੈਕ ਫਰੰਟ ਦੋਨੋਂ ਆਪਾਂ ਹੁਣ ਜੁਆਇੰਟ ਕਰਨੀਆਂ ਮੈਂ ਦੋਨੋਂ ਸਾਈਡਾਂ ਦੀਆਂ ਕਲੀਆਂ ਜੋੜ ਚੁੱਕੀ ਹਾਂ ਆਹ ਸਾਰੀਆਂ ਸਿਲਾਈਆਂ ਹੀ ਖੋਲ੍ਹ ਕੇ ਮੈਂ ਇਹਨਾਂ ਨੂੰ ਪ੍ਰੈੱਸ ਕਰਾਂਗੀ ਆਹ ਦੇਖੋ ਦੋਸਤੋ ਮੈਂ ਇਹਨੂੰ ਪ੍ਰੈੱਸ ਕਰ ਚੁੱਕੀ ਹਾਂ ਆਹ ਦੇਖੋ ਦੋਨੋਂ ਪ੍ਰੈੱਸ ਹੋ ਚੁੱਕੀਆਂ ਨੇ ਕਲੀਆਂ ਆਹ ਦੇਖੋ ਹੁਣ ਇਹਨਾਂ ਨੂੰ ਮੈਂ ਆਹ ਉਲਟੀ ਸਾਈਡ ਹੈ ਇੱਧਰੋਂ ਆਹ ਉਲਟੀ ਸਾਈਡ ਹੈ ਹੁਣ ਮੈਂ ਦੋਨੋਂ ਸਿੱਧੀਆਂ ਸਾਈਡਾਂ ਜਿਹੜੀਆਂ ਅੰਦਰਲੀ ਸਾਈਡ ਕਰਕੇ ਹੁਣ ਮੈਂ ਇੱਥੋਂ ਸੀਣ ਸ਼ੁਰੂ ਕਰਾਂਗੀ
ਜਿਹੜੀ ਆ ਰਾਊਂਡ ਦੀ ਆ ਰਾਊਂਡ ਦੀ ਬਾਹਰਲੀ ਆ ਇਹਦੇ ਉੱਪਰ ਮੈਂ ਸਿਲਾਈ ਲਾਵਾਂਗੀ। ਆ ਜਿਹੜਾ ਰਾਊਂਡ ਬਾਹਰਲੀ ਸਾਈਡ ਤੋਂ ਆ ਇਹ ਮੈਂ ਪ੍ਰੋਪਰ ਪੂਰੀ ਸਿਰੇ ਤੱਕ ਇਹਨੂੰ ਮਸ਼ੀਨ ਲਗਾਵਾਂਗੀ। ਹੁਣ ये कपड़े नूं पिछों हल्का जिहा खिंच के रखना है। ਪਰ ਬਹੁਤੀ ਦੂਰੋਂ ਨਹੀਂ ਫੜਨਾ ਇਹਨੂੰ, ਨੇੜਿਓ ਨੇੜਿਓ ਫੜ ਕੇ ਇਹਨੂੰ ਇਸ ਤਰ੍ਹਾਂ ਖਿੱਚ ਕੇ ਰੱਖਣਾ ਹੈ ਔਰ ਸਿਲਾਈ ਟਾਈਟ ਕਰਕੇ ਸਿਲਾਈ ਮਾਰਨੀ ਹੈ। ਇੱਕ ਹੋਰ ਗੱਲ ਦਾ ਧਿਆਨ ਰੱਖਣਾ, ਆਹ ਦੇਖੋ ਦੋਸਤੋ ਜਿਹੜੇ ਜੁਆਇੰਟ ਨੇ ਜਿਹੜੇ ਆਪਾਂ ਮਤਲਬ ਜੋੜ ਲਾਏ ਨੇ ਆਹ ਸਿਲਾਈ ਦੇ, ਇਹਨਾਂ ਨੂੰ ਆਪਾਂ ਇਸ ਤਰ੍ਹਾਂ ਬਰਾਬਰ ਲੈ ਕੇ ਚੱਲਣਾ। ਆਹ ਦੇਖੋ ਇਹ ਜੋੜ ਜਿਹੜੇ ਇੱਥੇ ਆ ਗਏ ਇਹਨਾਂ ਨੂੰ ਬਰਾਬਰ ਇਸ ਤਰ੍ਹਾਂ ਕਰਕੇ ਫੇਰ ਚੱਲਣਾ ਅੱਗੇ। ਕੱਪੜਾ ਕਾਫੀ ਫਿਸਲਦਾ ਹੈ ਇਸ ਕਰਕੇ ਜਿਹੜਾ ਕੱਪੜਾ ਫਿਸਲਦਾ ਹੁੰਦਾ ਥੋੜ੍ਹਾ ਜਿਹਾ ਕੰਟਰੋਲ ਮੁਸ਼ਕਲ ਜਾਂਦਾ ਆ। ਪੂਰੀ ਸਿਲਾਈ ਲੱਗ ਗਈ ਇਹਨੂੰ ਔਰ ਸਿਲਾਈ ਲੱਗਣ ਤੋਂ ਬਾਅਦ ਹੁਣ ਆਪਾਂ ਪੂਰੇ ਆਲ ਰਾਊਂਡ ਦੇ ਵਿੱਚ ਆਪਾਂ ਇਹਨੂੰ ਕੱਟ ਲਗਾ ਦੇਣੇ ਆ। ਆਹ ਦੇਖੋ ਇਸ ਤਰ੍ਹਾਂ ਨੇੜੇ ਨੇੜੇ ਆਪਾਂ ਕੱਟ ਲਗਾ ਦਾਂਗੇ। ਆਹ ਦੇਖੋ ਦੋਸਤੋ ਮੈਂ ਸਾਰੇ ਕੱਟ ਲਾ ਚੁੱਕੀ ਹਾਂ। ਆਹ ਦੇਖੋ ਸਾਰੀ ਹੀ ਫਰਿੱਲ ਨੂੰ ਕੱਟ ਲੱਗ ਚੁੱਕੇ ਨੇ। ਆਹ ਦੇਖੋ ਔਰ ਹੁਣ ਆਪਾਂ ਇਹਨੂੰ ਸਿੱਧੀ ਕਰਾਂਗੇ, ਸਿੱਧੀ ਕਰਕੇ ਹੁਣ ਆਪਾਂ ਇਹਨੂੰ ਪ੍ਰੈਸ ਕਰ ਲਾਂਗੇ। ਹੁਣ ਮੈਂ ਤੁਹਾਨੂੰ ਦੱਸਦੀ ਹਾਂ ਕਿ ਇਹਨੂੰ ਪ੍ਰੈਸ ਕਿਸ ਤਰ੍ਹਾਂ ਕਰਨਾ ਹੈ। ਆਹ ਦੇਖੋ ਦੋਸਤੋ ਜਿਹੜਾ ਆਹ ਚੀਜ਼ ਹੈ ਸਿਲਾਈ ਹੈ ਆਪਣੀ, ਇਹਨੂੰ ਆਪਾਂ ਇੱਕ ਸਾਈਡ 'ਤੇ ਕਰਾਂਗੇ, ਚਾਹੇ ਇਹਨੂੰ ਇੱਧਰਲੀ ਸਾਈਡ ਕਰ ਦਿਉ ਚਾਹੇ ਇੱਧਰਲੀ ਸਾਈਡ ਕਰ ਦਿਉ, ਕਰਕੇ ਆਪਾਂ ਮਤਲਬ ਪੂਰੀ ਸਿਲਾਈ ਨੂੰ ਆਪਾਂ ਜਿਹੜੀ ਸਾਈਡ ਇੱਕ ਰੱਖੀ ਆ ਉਸੇ ਸਾਈਡ 'ਤੇ ਹੀ ਰੱਖਣਾ। ਪਹਿਲਾਂ ਆਪਾਂ ਇਹਨੂੰ ਉਲਟੀ ਸਾਈਡ ਤੋਂ ਪ੍ਰੈਸ ਕਰਾਂਗੇ ਫਿਰ ਇਹਨੂੰ ਆਪਾਂ ਸਿੱਧੀ ਕਰਕੇ ਪ੍ਰੈਸ ਕਰਾਂਗੇ। ਦੇਖੋ ਇਸ ਤਰ੍ਹਾਂ ਕਰਕੇ ਧਿਆਨ ਨਾਲ ਦੋਸਤੋ ਇਹ ਥੋੜ੍ਹਾ ਜਿਹਾ ਕੱਪੜਾ ਜਿਹੜੀ ਸਿਲਾਈ ਆ ਥੋੜ੍ਹੀ ਔਖੀ ਪ੍ਰੈਸ ਹੁੰਦੀ ਹੈ। ਆਹ ਦੇਖੋ ਦੋਸਤੋ ਮੈਂ ਪੂਰੀ ਫਰਿੱਲ ਨੂੰ ਪ੍ਰੈਸ ਕਰ ਚੁੱਕੀ ਹਾਂ, ਹੁਣ ਮੈਂ ਜਿੱਧਰਲੀ ਸਾਈਡ ਆ ਮੈਂ ਇਹਨਾਂ ਨੂੰ ਮਤਲਬ ਫੋਲਡ ਕੀਤਾ ਉਦੋਂ ਦੂਸਰੀ ਸਾਈਡ ਹੁਣ ਮੈਂ ਇੱਥੇ ਨਾਲ ਨਾਲ ਸੀਣ ਮਾਰ ਕੇ ਲੈ ਕੇ ਆਵਾਂਗੀ।
देखो दोस्तों ये थोड़ी जी दिक्कत होती होंगी इस तरह कपड़ा ना फोल्ड हो ही जाता होंगे जो सिलाई आप लगानी है इन आप थोड़ा जहा हल्का जहा इस तरह खोल के और इस चीज़ का ध्यान रखना है कि जिधरली साइड सिलाई रखनी है ना उधरली साइड या सिलाई में फोल्ड करना अपना नीचे तो सिलाई कंप्लीट हो चुकी है हुण इहनूं सैकेंड टाइम मैं प्रेस फाइनल लगावांगी हुण आ देखो दोस्तों आपां इहनूं इस तरह करके प्रेस कर लांगे आ देखो जिस तरह इहदा राउंड हैगा उहनूं इसे तरह राउंड बना के फिर इस तरह आपां प्रेस लगानी है इहनूं ਇਹ ਨਹੀਂ ਕਰਨਾ ਵੀ ਇਹਦੇ ਨਾਲ ਇੱਦਾਂ ਖਿੱਚ ਧੂ ਕਰਕੇ ਵੀ ਫਿਰ ਤੁਸੀਂ ਪ੍ਰੈਸ ਕਰੋ ਇਸ ਤਰ੍ਹਾਂ ਨਹੀਂ ਜੋ ਇਹਦਾ ਰਾਊਂਡ ਹੈਗਾ ਉਹ ਰਾਊਂਡ ਬਣਾ ਕੇ ਫਿਰ ਪ੍ਰੈਸ ਲਗਾਉਣੀ ਤੁਸੀਂ ਆਹ ਦੇਖੋ ਦੋਸਤੋ ਹੁਣ ਆਪਾਂ ਇਹਨੂੰ ਜਿਹੜੀ ਅੰਦਰ ਵਾਲੀ ਇਹਦੀ ਸਿਲਾਈ ਆ ਫਾਈਨਲ ਵਾਲੀ ਹੁਣ ਆਪਾਂ ਉਹ ਮਾਰਾਂਗੇ इनू फ्रिल नू इस तरह करके सीधी नहीं करना जो सिलाई लगानी है इनू राउंड विच ही रखना है इस तरह देखो दोस्तों सिलाई कंप्लीट हो गई ਹੁਣ ਆਪਣੀ ਫਰਿੱਲ ਤਿਆਰ ਹੋ ਗਈ ਇਹ ਹੁਣ ਮੈਂ ਤੁਹਾਨੂੰ ਦੱਸਾਂਗੀ ਕਿ ਨੈਕ 'ਤੇ ਲਗਾਉਣੀ ਕਿਸ ਤਰ੍ਹਾਂ ਆ ਆਹ ਦੇਖੋ ਦੋਸਤੋ ਹੁਣ ਆਪਾਂ ਇਹ ਫਰਿੱਲ ਲਗਾਵਾਂਗੇ ਜ਼ਿਪ ਨੂੰ ਖੋਲ੍ਹ ਲਈਏ ਆਪਾਂ ਖੋਲ੍ਹ ਕੇ ਹੁਣ ਇਹਨੂੰ ਉੱਪਰ ਰੱਖ ਕੇ ਬੈਕ ਸਾਈਡ ਦੇ ਗਲੇ ਤੋਂ ਮਤਲਬ ਜਿੱਥੋਂ ਜ਼ਿਪ ਲਗਾਈ ਹੋਈ ਹੈ ਉੱਥੋਂ ਰੱਖ ਕੇ ਆਪਾਂ ਸਟਾਰਟ ਕਰਾਂਗੇ ਇਹਨੂੰ ਆਹ ਦੇਖੋ बराबर करके चलना है देखो दोस्तों अपनी ये सिलाई कंप्लीट हो गई है हुण आपां इहनूं
ਇੱਥੇ ਤੱਕ ਆਪਣੀ ਸਾਈ ਕੰਪਲੀਟ ਹੁੰਦੀ ਹੈ। ਆਹ ਦੇਖੋ ਇੱਥੇ ਤੱਕ। ਹੁਣ ਆਪਾਂ ਇਹਦੀ ਕਟਿੰਗ ਕਰਾਂਗੇ। ਆਹ ਦੇਖੋ ਇਸ ਤਰ੍ਹਾਂ ਕਰਕੇ ਕਟਿੰਗ ਕਰ ਦਾਂਗੇ ਇਹਦੀ। ਕਟਿੰਗ ਕਰਕੇ ਅੱਧਾ ਇੰਚ ਇੱਥੋਂ ਫਾਲਤੂ ਕਟਿੰਗ ਕਰਾਂਗੇ ਇਹਨੂੰ ਆਪਾਂ। ਅੱਧਾ ਇੰਚ ਦੀ ਕਟਿੰਗ ਕਰਕੇ ਆਪਾਂ ਇਹਨੂੰ ਉਧੇੜ ਦਾਂਗੇ। ਇੱਥੇ ਤੱਕ ਆਪਾਂ ਉਧੇੜਾਂਗੇ ਤਾਂ ਕਿ ਇਹਨੂੰ ਫੋਲਡ ਕਰਕੇ ਅੰਦਰਲੀ ਸਾਈਡ ਵੱਲ ਨੂੰ ਫਿਰ ਆਪਾਂ ਇਹਦੀ ਸਿਲਾਈ ਲਗਾ ਕੇ ਫਿਰ ਆਪਾਂ ਇਹਨੂੰ ਅਟੈਚ ਕਰਾਂਗੇ ਇੱਥੋਂ। ਪਹਿਲਾਂ ਇਹਨੂੰ ਆਪਾਂ ਉਧੇੜ ਲਈਏ। ਆਹ ਦੇਖੋ ਦੋਸਤੋ, ਆਪਾਂ ਇਹਨੂੰ ਉਧੇੜ ਚੁੱਕੇ ਹਾਂ। ਹੁਣ ਆਪਾਂ ਇਹਨੂੰ ਬਾਹਰਲੀ ਸਾਈਡ 'ਤੇ ਆਪਾਂ ਇਸ ਤਰ੍ਹਾਂ ਕਰਕੇ ਇਹਨੂੰ ਫੋਲਡ ਕਰਾਂਗੇ। ਆਹ ਦੇਖੋ ਉਲਟੀ ਸਾਈਡ ਵੱਲ ਫੋਲਡ ਕਰਾਂਗੇ ਇਹਨੂੰ ਆਪਾਂ। ਔਰ ਜਿੰਨਾ ਕੁ ਕੱਪੜਾ ਆਪਾਂ ਫਾਲਤੂ ਲਿਆ ਸੀਗਾ, ਅੱਧਾ ਇੰਚ ਕੱਪੜਾ ਫਾਲਤੂ ਆਪਾਂ ਕਟਿੰਗ ਕੀਤੀ ਸੀ, ਅੱਧੇ ਇੰਚ 'ਤੇ ਹੀ ਆਪਾਂ ਇਹਨੂੰ ਸਿਲਾਈ ਲਗਾ ਦਾਂਗੇ ਹੁਣ। ਬਾਹਰ ਨੂੰ ਕੱਢ ਕੇ ਫਿਰ ਆਪਾਂ ਇੱਦਾਂ ਤਿੱਖੀ ਨੋਕ ਵਾਲੀ ਕੋਈ ਵੀ ਚੀਜ਼, ਚਾਹੇ ਕੈਂਚੀ ਲੈ ਲਓ, ਲੈ ਕੇ ਇਹਦੀ ਆਪਾਂ ਨੋਕ ਕੱਢਾਂਗੇ। ਅੱਧ ਕੱਢ ਲਈ, ਕੱਢ ਕੇ ਹੁਣ ਆਪਾਂ ਇਸ ਤਰ੍ਹਾਂ ਕਰਕੇ ਸਿਲਾਈ ਲਗਾ ਦਾਂਗੇ। ਠੀਕ ਹੈ, ਪਹਿਲਾਂ ਇਹਨੂੰ ਮੈਂ ਪ੍ਰੈਸ ਕਰਾਂਗੀ, ਪ੍ਰੈਸ ਕਰਕੇ ਫਿਰ ਮੈਂ ਸਿਲਾਈ ਲਗਾ ਦਾਂਗੀ। ਆਹ ਦੇਖੋ ਦੋਸਤੋ, ਮੈਂ ਇਹਨੂੰ ਪ੍ਰੈਸ ਕਰ ਲਿਆ, ਪ੍ਰੈਸ ਕਰਕੇ ਇਹਦੀ ਬਿਲਕੁਲ ਨੋਕ ਕੱਢ ਲਈ। ਆਹ ਦੇਖੋ ਹੁਣ ਬਾਕੀ ਮੈਂ ਤੁਹਾਨੂੰ ਬਾਕੀ ਦਾ ਕੰਮ ਦੇ ਦਾ ਮੈਂ ਦਿਖਾਉਂਦੀ ਹਾਂ ਕਰਕੇ, ਬਹੁਤ ਹੀ ਪਿਆਰੀ ਲੱਗਦੀ ਹੈ। ਆਹ ਦੇਖੋ ਦੋਸਤੋ, ਮੈਂ ਗਲੇ 'ਤੇ ਲਾਉਣ ਵਾਲਾ ਔਲ ਰਾਊਂਡ ਵਿੱਚ ਕੱਪੜਾ ਤਿਆਰ ਕਰ ਚੁੱਕੀ ਸੀ ਔਰ ਹੁਣ ਇਹਨੂੰ ਮੈਂ ਗਲੇ 'ਤੇ ਲਗਾ ਰਹੀ ਹਾਂ। ਆਹ ਦੇਖੋ ਦੋਸਤੋ, ਆਪਾਂ ਜਿੱਥੇ ਜ਼ਿਪ ਲਗਾਈ ਸੀ ਨਾ, ਆਪਾਂ ਉੱਥੇ ਆ ਗਏ। ਹੁਣ ਇੱਥੇ ਆਪਾਂ ਹੁਣ ਰੁਕਾਂਗੇ ਇੱਕ ਇੰਚ ਜ਼ਿਪ ਨੂੰ ਛੱਡ ਕੇ। ਆਹ ਦੇਖੋ, ਠੀਕ ਹੈ। ਔਰ ਹੁਣ ਆਪਾਂ ਦੂਸਰੀ ਸਾਈਡ ਤੋਂ ਇਹਨੂੰ ਜੋੜ ਦਈਏ। ਇਹਨੂੰ ਵੀ ਆਪਾਂ ਇੱਥੋਂ ਇੱਕ ਇੰਚ ਤੱਕ ਛੱਡ ਕੇ
सिलाई बंद कर देंगे। ठीक है, हुण आपां जिहड़ा ये फालतू इत्थों कपड़ा है दोनों जिप्पां वाली आ देखो इधरों भी इहनूं बराबर करके इहनूं आपां इत्थों कट देंगे। कट के हुण आपां इत्थों इहनूं इस तरह करके फोल्ड करांगे, आ देखो इस तरह करके। ठीक है, हुण आपां इहदे उपर सिलाई लगा देंगे। इस तरह करके फोल्ड हो जाएगा। ठीक है, दूसरी साइड तक भी इसी तरह करांगे अपन। आ देखो दोस्तों, हुण आपां इहदे कट लगा देंगे पूरे गले ते, कट लगा देंगे हुण आपां। ठीक है, इस तरह करके। आ देखो दोस्तों, आपां कट सारे लगा चुके हैं। ठीक है, पूरे गले नूं कट लग चुके ने। हुण आपां इहनूं लगावांगे बैच मशीन। आ देखो इस तरह करके, एक ऑल राउंड सी लगा लेंगे। इस तरह अंदर की तरह फोल्ड कर देंगे, इस तरह करके अंदर की तरह फोल्ड कर देंगे और इन आप तुरपाई कर देंगे। हम इस तरह करके पूरे ऑल राउंड ही आप हैमिंग कर देंगे। आ देखो दोस्तों, मैं बांह की मैं ऑल राउंड इन मैं तैयार कर चुकी हूँ। बांह है अपनी और आप हम इन बांह लगा लेंगे। ठीक है, ओके, हुण आपां बांह लगाउण लगे हां। बांह लगा चुके हैं आपां। अपनी बांह तैयार हो गई। इस तरह करके अपनी ड्रेस तैयार हो जाएगी। देखो दोस्तों, अपना उपर वाला टॉप तैयार हो गया और हुण आपां इहदे जिहड़ी नीचे मतलब आपां लगाउणी आ फ्रिल वो तैयार करांगे हुण आपां। ठीक है, ये भी आपां जिस तरह पहला फ्रिल तैयार की सी उसे तरह आपां फ्रिल नूं तैयार करांगे। आ देखो, मैं डबल लै ली
डबल लैके हूँ इन मैं तैयार करा। आ देखो दोस्तों मेरी सिलाई कंप्लीट हो गई, हूँ मैं इन्हें कट लगा दांगी इस तरह करके सारे ऑल राउंड ची। आ देखो दोस्तों मैं ऑल राउंड विच ये सारे कट लगा चुकी हूँ, देखियो ठीक है। हूँ इन मैं इस तरह सीधा कर दांगी इन मैं, आ देखो सीधा करता। और जिवें पहला फ्रिल बनाई सी इसे चीज़ का ध्यान देना कि जो ये वाली सिलाई है इनू अपनी बाहरली तरफ जिधरली साइड आप सिलाई लगानी उधरली साइड रखना है, रख के उस तो बाद आप सिलाई लगा देंगे। ठीक है, आ देखो दोस्तों मेरी सिलाई कंप्लीट हो गई, हूँ इन्हें मैं प्रेस करांगी। आ देखो दोस्तों मैं ऑल राउंड ही सारी फ्रिल मैं तैयार कर चुकी हूँ, आ देखो हूँ आप इन्हें लगा देंगे। आ देखो ये मैं ऑल राउंड ही सिलाई लगावांगी हूँ। आ देखो दोस्तों ये ड्रेस तैयार हो चुकी है और बहुत ही प्यारी ड्रेस लग रही है। आ देखो ठीक है। और दोस्तों अगर यदि कटिंग देखनी हुई तो प्लीज़ मैं कमेंट करके दस्यो, मैं फिर तुहानू कटिंग भी दसांगी। ठीक है, ओके, थैंक यू।